नमस्कार आप देख रहे हैं प्राइम के न्यूज चैनल का सात की खबर अमृतसर रही जहाँ पर तीस वर्षीय 125 किलोग्राम का नौजवान का एक अनोखा काम पानी में तैरता नहीं बल्कि आराम से पानी के तहत पर सोता दिखाई दे रहा देखिए हमारी पूरी स्क्रीन पर चल रही तस्वीरें आपको हैरान कर सकती हैं आप देख रहे हैं एक भारी भरकम वजन का नौजवान पानी की सतह पर कैसे बगैर हाथ पांव चलाए पानी के ऊपर तैर रहा है ध्यान से देखें ये नौजवान पानी की सतह पर लेट कर कैसे कोल्ड ड्रिंक भी पी रहा है आपको बता दें गुरु नगरी अमृतसर का ये तीस वर्षीय एक किलोग्राम का जुझार सिंह नामक युवक है जो पानी के भीतर नहीं तैरता बल्कि पानी की सतह पर बगैर हाथ पाओ चलाए आराम से लेटा है

अपने दोस्तों के साथ खेतों में लगे ट्यूबवेल में नहा रहा था कि पांव फिसलने के कारण मैं फसल कर पानी के भीतर चला गया और अचानक डूबने की बजाय पानी की सतह पर लेट गया हां जी भाई जी अपना नाम मेरा नाम जुहार सिंह जी उम्र उम्र मेरी 31 31 साल की होगी वजन वजन 125 किलो जी आदमी किस तरह तो आड़े जे जड़ा है परमात्मा लोग बोल देता है कि टर्ज कला है ये जी मैं मतलब 6 साल दा नहा रहा सी बच्चे दे बीच ਕਣਪੁਰਾ ਖੂਹਾਂ ਦੇ ਉੱਤੇ ਜੇ ਬੱਚੇ ਮੋਟਰ ਬੋਰਵੱਲਾਂ ਤੇ ਡੁੱਗੇ ਹੁੰਦੇ ਨੇ ਤੇ ਉਹ ਜਦੋਂ ਮੇਰਾ ਪੈਰ ਫਿਸਲਿਆ ਜੀ ਤੇ ਮੈਂ ਨਾ ਥੱਲੇ ਜਾਣ ਦੀ ਬਜਾਏ ਪਾਣੀ ਦੇ ਉੱਪਰ ਆ ਗਿਆ ਫਿਰ ਮੈਂ ਦੁਬਾਰਾ ਕਰਕੇ ਦੇਖਿਆ ਉਹੋ ਹੀ ਮਤਲਬ ਬਸ ਉਦੋਂ ਮੈਨੂੰ ਪਤਾ ਚੱਲ ਗਿਆ ਜੀ ਉਸ ਤੋਂ ਬਾਅਦ ਵਾਹ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਸ਼ਰਤਿਆ ਮਤਲਬ 18 18 19 ਘੰਟੇ ਵੈਸੇ ਯਾਰਾਂ ਦੋਸਤਾਂ ਨਾਲ ਲਾ ਕੇ ਗੰਗਾ ਨਦੀ 'ਚ ਤੈਰਦਾ ਰਹਾ ਹਾਂ ਤੈਰਦੇ ਤਾਂ ਬਹੁਤ ਜਾਣੀ ਜੀ ਤੁਹਾਡੇ 'ਚ ਚੀਜ਼ ਖਾਸੀ ਹੈ ਤੇ ਟੈਰ ਦੇ ਜ ਬਹੁਤ ਜਾਣੇ ਵੇਖੋ ਕੋਈ ਬਾਹਾਂ ਮਾਰਦਾ ਕੋਈ ਲੱਤਾਂ ਮਾਰਦਾ ਕੋਈ ਇਹ ਵੀ ਜਿਹੜੀ ਵਾਟਰ ਫਲੋਟਿੰਗ ਇਹਨੂੰ ਕਹਿ ਦਿੰਦੇ ਆ ਜੀ ਵਾਟਰ ਫਲੋਟਿੰਗ ਇਹਨੂੰ ਕਹਿ ਦਿੰਦੇ ਆ ਉਹ ਮਤਲਬ ਹੁੰਦੀ ਆ ਕੋਈ ਘੰਟੇ ਦੇ ਘੰਟੇ ਦੀ ਕਰਦਾ ਵਾ ਆਪਣਾ ਸਾਹ ਸੂ ਰੋਕ ਕੇ ਜਾਂ ਕਿਸੇ ਟਰਿਕ ਦੇ ਨਾਲ ਤੇ ਪਰ ਆਪਾਂ ਨੂੰ ਮਹਾਰਾਜ ਦੀ ਇੱਕ ਕੁਦਰਤੀ ਦੇਣ ਆ ਵੀ ਆਪਾਂ 20 ਘੰਟੇ 24 ਘੰਟੇ ਜਿੰਨਾ ਚਿਰ ਕਵੇ ਕੋਈ ਉਹ ਨਚਰੀ ਮਤਲਬ ਸੌ ਸਕਦੇ ਆ ਆਪਾਂ ਜੀ ਦੇਖਿਆ ਤੁਸੀਂ ਬੜੇ ਆਰਾਮ ਦੇ ਨਾਲ ਪਾਣੀ ਵਿੱਚ ਕੋਲਡਰੀ ਪੀ ਲਿਓ ਅ ਚਾ ਵੀ ਸੁਣਿਆ ਬੀਲ ਦੇ ਹੋ ਕੀ ਕੀ ਕਰ ਰਹੇ ਹੋ ਹੋਰ ਜੀ ਮੈਂ ਇਹ ਆ ਵੀ ਖਾਣਾ ਖੂਣਾ ਖਾ ਸਕਦਾ ਜੀ ਉੱਪਰ ਹੀ ਮੈਨੂੰ ਕੋਈ ਦਿੱਕਤ ਨਹੀਂ ਆਈ ਨਹੀਂ ਵੀ ਜੇ ਮੈਂ ਕੋਈ ਰਿਕਾਰਡ ਬਣਾ ਰਿਆ ਹਾਂ ਤੇ ਕਿੰਨੇ ਘੰਟੇ ਪਾਣੀ ਦੇ ਉੱਪਰ ਰਹਿਣ ਦਾ ਤੇ ਮੈਨੂੰ ਉੱਠ ਕੇ ਬਾਹਰ ਆਉਣਾ ਪਊਗਾ ਤੇ ਜ ਆਪਾਂ ਜਨਤਾ ਨਾਲ ਧੋਖਾ ਕਰੀਏ ਜੀ ਲਓ ਜੀ 14 ਘੰਟੇ ਆਰਾਮ ਕਰ ਲੋ ਆਰਾਮ ਆਪਣਾ ਜਿਤਨਾ ਦਾ ਬੈੱਡ ਦੇ ਉੱਤਰਾਂ ਦਾ ਪਾਣੀ ਦੇ ਆ ਜੀ ਹਾਂ ਕੋਈ ਦਿੱਕਤ ਨਹੀਂ ਕਿੰਨਾ ਚਿਰ ਤੁਸੀਂ ਪਾਣੀ ਦੇ ਇਸ ਤਰ੍ਹਾਂ ਵੀਕੈਂਡ ਤੇ ਮੈਂ ਤਾਂ ਆ ਰਿਹਾ ਜੀ ਵੀਕੈਂਡ ਇਹ ਮੈਂ ਗੰਗਾ ਬਿਨੌਰ ਜ਼ਿਲ੍ਹਾ ਬਿਨੌਰ ਯੂਪੀ ਗੰਗਾ ਨਦੀ ਦੇ ਵਿੱਚ ਮੈਂ ਤੈਰ ਰਿਹਾ ਹਾਂ ਆ ਵੀ ਕਿਸੇ ਸਤਿਕਾਰਨੀ ਜਾਂ ਹੋਰ ਕਿਸੇ ਨੇ ਅਜੇ ਤਾਈਂ ਪਹੁੰਚ ਕੀਤੀ ਤੁਹਾਡੇ ਜਾਂ ਇਹ ਤੁਸੀਂ ਮਾਨਸਮਾਰ ਮਿਲਿਆ ਹੋਵੇ ਤੁਹਾਨੂੰ ਨਹੀਂ ਜੀ ਨਹੀਂ ਕੁਝ ਨਹੀਂ ਜੀ ਜੇ ਕਿਸੇ ਨੂੰ ਕਿਹਾ ਵੀ ਆ ਵੀ ਮੈਂ ਆ ਕੰਮ ਕਰ ਲੈਣਾ ਉਹਨਾਂ ਨੇ ਵੀ ਇਹੋ ਕਿਹਾ ਵੀ ਤੂੰ ਪੈਸੇ ਦੇ 10 2000 5000 ਦੋ ਤਿੰਨ ਬੰਦਿਆਂ ਨੇ ਤੇ ਮਤਲਬ ਨਹੀਂ ਮੇਰੀ ਪਰਿਵਾਰ ਵਾਲੇ ਹੋਰ ਵੀ ਕੋਈ ਕੋਣ ਕੋ ਰਿਆਰੇ ਸਾਡੇ ਪਰਿਵਾਰ ਵੱਲੋਂ ਅਸੀਂ ਮਤਲਬ ਦੋ ਬ੍ਰਦਰ ਐ ਜੀ ਦੋ ਭਰਾ ਆ ਵਾ ਇੱਕ ਵੱਡਾ ਭਾਈ ਸਾਹਿਬ ਆ ਜਗਸ਼ਰਨ ਸਿੰਘ ਤੇ ਦੋ ਦੋ ਸਾਡੇ ਬੇਟੇ ਆ ਪਰਿਵਾਰ ਚ ਕਿਸੇ ਦੀ ਹੋਰ ਇਤਨਾ ਕੀ ਕਲਾ ਹੈਗੀ ਐ ਨਹੀਂ ਜੀ ਹੋਰ ਨਹੀਂ ਕਿਸੇ ਚੀਜ਼ ਬਸ ਆਪਣੇ ਜੀ ਬੱਚੇ ਕਰਕੇ ਵਿੰਦੇ ਆ ਜੋ ਕਹਿੰਦੇ ਮੈਂ ਪਾਪਾ ਤੇਰਾ ਨਾ ਤੇਰਾ ਪਰ ਨਹੀਂ ਉਠਾਂ ਚੱਲ ਜਾਂਦੇ ਕੀ ਸੁਪਨਾ ਜੀ ਹੈ ਜੀ ਤੁਹਾਡਾ ਸੁਪਨਾ ਇਹੋ ਹੈ ਜੀ ਕੋਈ ਟੱਕਰੇ ਮਾਈ ਦਾ ਲਾਲ ਤੇ ਪੈਜਨ ਕਿਸ ਦਿਨ ਪਿੱਛੇ ਤੇ ਪਤਾ ਲੱਗ ਜੇ ਵੀ ਕਿਹੜਾ ਕਿੰਨੇ ਪਾਣੀ ਆ ਜਾ ਜੀ ਬਸ ਇਹ ਹੋਈ ਆ ਵੀ ਵਰਲਡ ਰਿਕਾਰਡ ਬਣਾਈ ਹੈ ਤੇ ਜਿਤਨਾ 1900 1913 ਦੇ ਵਿੱਚ ਮਤਲਬ ਇਹ ਰਿਕਾਰਡ ਇੱਕ 15 ਘੰਟੇ ਦਾ ਬਣਿਆ ਸੀਗਾ ਇੱਕ ਅੰਗਰੇਜ਼ ਵੱਲੋਂ ਉਸ ਤੋਂ ਬਾਅਦ ਤੇ ਨਹੀਂ ਕਿਸੇ ਨੇ ਬਣਾਇਆ ਤੇ ਆਪਾਂ ਬਣਾਵਾਂਗੇ ਆਪਾਂ ਉਹਨੇ 15 ਦਾ ਬਣਾਇਆ ਪੰਜੀਆਂ ਦਾ ਬਣਾਵਾਂਗੇ ਜਿਹੜਾ ਰਵੇ ਵੀ